ਫਿਲਮਾਂ ਦੀ ਸ਼ੂਟਿੰਗ ਦੌਰਾਨ ਅਕਸਰ ਅਜਿਹੇ ਦ੍ਰਿਸ਼ ਫਿਲਮਾਏ ਜਾਂਦੇ ਨੇ ਜਿਨ੍ਹਾਂ ਵਿੱਚ ਕਲਾਕਾਰ ਹਥਿਆਰਾਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਨੇ। ਨਿਊ ਮੈਕਸੀਕੋ ਵਿੱਚ ਵੀ ਅਜਿਹੇ ਹੀ ਇੱਕ ਦ੍ਰਿਸ਼ ਫਿਲਮਾਂਕਣ ਦੌਰਾਨ ਇੱਕ ਜਾਨ ਚਲੀ ਗਈ। ਇਹ ਹਾਦਸਾ ਅਮਰੀਕੀ ਕਲਾਕਾਰ ਐਲਿਕ ਬੈਲਡਵਿਨ ਦੀ ਫਿਲਮ ਰਸਟ ਦੇ ਫਿਲਮਾਂਕਣ ਦੌਰਾਨ ਹੋਇਆ, ਜਿਸ ਵਿੱਚ ਸਿਨੇਮੇਟੋਗ੍ਰਾਫਰ ਹੈਲੇਨਾ ਹਰਟਚਹਿਨ ਦੀ ਮੌਤ ਹੋ ਗਈ ਅਤੇ ਇੱਕ ਫਿਲਮ ਨਿਰਦੇਸ਼ਕ ਜੋਇਲ ਸੋਜਾ ਜ਼ਖਮੀ ਹੋ ਗਏ ਨੇ। ਪੁਲਿਸ ਮੁਤਾਬਕ ਬੈਲਡਵਿਨ ਵੱਲੋਂ ਚਲਾਈ ਗਈ ਪ੍ਰੋਪ ਬੰਦੂਕ ਕਾਰਨ ਇਹ ਹਾਦਸਾ ਵਾਪਰਿਆ। ਬੈਲਡਵਿਨ ਇਸ ਹਾਦਸੇ ਤੋਂ ਬਾਅਦ ਕਾਫ਼ੀ ਪਰੇਸ਼ਾਨ ਨੇ। ਖੈਰ, ਇਸ ਹਾਦਸੇ ਦੀ ਜਾਂਚ ਜਾਰੀ ਹੈ ਪਰ ਹਾਲੇ ਤੱਕ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਨੇ ਫਿਲਮ ਜਗਤ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਉਂਦਾ ਹੈ ਅਤੇ ਅਕਸਰ ਅਜਿਹੀਆਂ ਘਟਨਾਵਾਂ ਵੀ ਨਹੀਂ ਵਾਪਰਦੀਆਂ। ਫਿਲਮਾਂਕਣ ਦੌਰਾਨ ਹਥਿਆਰਾਂ ਦੀ ਵਰਤੋਂ ਲਈ ਕਈ ਪੈਮਾਨੇ ਤੈਅ ਕੀਤੇ ਗਏ ਨੇ। ਭਾਵੇਂ ਪ੍ਰੋਪ ਬੰਦੂਕ ਅਤੇ ਨਕਲੀ ਗੋਲੀਆਂ ਸੁਣਨ ਵਿੱਚ ਹਾਨੀਕਾਰਕ ਨਹੀਂ ਲੱਗਦੀਆਂ, ਪਰ ਇਹ ਕਦੇ ਕਦੇ ਜਾਨਲੇਵਾ ਹੋ ਸਕਦੇ ਨੇ। ਕੀ ਹੈ ਪ੍ਰੋਪ ਬੰਦੂਕ? ਪ੍ਰੋਪ ਬੰਦੂਕ ਦੀ ਪਰਿਭਾਸ਼ਾ ਕਾਫ਼ੀ ਜਟਿਲ ਹੈ। ਇਸ ਵਿੱਚ ਨਕਲੀ ਬੰਦੂਕ, ਨਾ ਚੱਲਣ ਵਾਲੀ ਬੰਦੂਕ ਅਤੇ ਅਸਲੀ ਹਥਿਆਰ ਵਿੱਚ ਬਦਲਾਅ ਨਾਲ ਬਣੇ ਹਥਿਆਰ ਸ਼ਾਮਿਲ ਹੋ ਸਕਦੇ ਨੇ। ਫਿਲਮਾਂ ਦੀ ਸ਼ੂਟਿੰਗ ਦੌਰਾਨ ਅਕਸਰ ਗੋਲੀਬਾਰੀ ਦੇ ਦ੍ਰਿਸ਼ਾਂ ਨੂੰ ਫਿਲਮਾਉਣ ਲਈ ਬਲੈਂਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਗੋਲੀਆਂ ਅਸਲੀ ਗੋਲੀਆਂ ਵਿੱਚ ਥੋੜ੍ਹੇ ਬਦਲਾਅ ਨਾਲ ਬਣਾਈਆਂ ਹੁੰਦੀਆਂ ਨੇ। ਅਕਸਰ ਅਸਲੀ ਹਥਿਆਰ ਵਿੱਚ ਭਰੇ ਜਾਣ ਵਾਲੀ ਗੋਲੀ ਲਈ ਬੁਲੇਟ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਅਸਲ ਵਿੱਚ ਇਹ ਕਾਰਤੂਸ ਹੁੰਦਾ ਹੈ ਜਿਸ ਦੇ ਅੰਦਰ ਵਿਸਫੋਟਕ ਪਦਾਰਥ ਭਰਿਆ ਜਾਂਦਾ ਹੈ ਅਤੇ ਜਦੋਂ ਇਸਨੂੰ ਚਲਾਇਆ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਹਥਿਆਰ 'ਚੋਂ ਬਾਹਰ ਨਿਕਲਦਾ ਹੈ। ਇਸਨੂੰ ਬਾਹਰ ਨਿਕਲਣ ਵਿੱਚ ਬੁਲੇਟ ਜਾਂ ਪ੍ਰੋਜੈਕਟਾਈਲ ਇਸਦੀ ਸਹਾਇਤਾ ਕਰਦੀ ਹੈ। ਬਲੈਂਕ ਇਹਨਾਂ ਅਸਲੀ ਗੋਲੀਆਂ ਤੋਂ ਵੱਖ ਹੁੰਦੇ ਨੇ ਕਿਉਂਕਿ ਇਹਨਾਂ ਵਿੱਚ ਚਾਹੇ ਵਿਸਫੋਟਕ ਪਦਾਰਥ ਭਰਿਆ ਹੁੰਦਾ ਹੈ ਪਰ ਇਹਨਾਂ ਵਿੱਚ ਪ੍ਰੋਜੈਕਟਾਈਲ ਨਹੀਂ ਹੁੰਦਾ। ਪ੍ਰੋਪ ਬੰਦੂਕਾਂ ਦੀ ਵਰਤੋਂ ਨਾਲ ਦ੍ਰਿਸ਼ ਅਸਲੀ ਲੱਗਦੇ ਨੇ। ਅਸਲੀ ਗੋਲੀਆਂ ਵਿੱਚ ਬਦਲਾਅ ਕਾਰਨ ਚੱਲੀਆਂ ਇਹ ਗੋਲੀਆਂ ਆਵਾਜ਼ ਕਰਦੀਆਂ ਨੇ ਅਤੇ ਇੱਕ ਅਜਿਹਾ ਪ੍ਰਭਾਵ ਪਾਉਂਦੀਆਂ ਨੇ ਜੋ ਅਸਲੀ ਗੋਲੀ ਚੱਲਣ ਤੋਂ ਬਾਅਦ ਹੁੰਦਾ ਹੈ। ਮਾਰਸ਼ਲ ਆਰਟਸ ਦੇ ਮਹਾਨ ਕਲਾਕਾਰ ਬਰੂਸਲੀ ਦੇ ਬੇਟੇ ਬ੍ਰੈਂਡਨ ਲੀ 1993 ਵਿੱਚ ਆਪਣੀ ਫਿਲਮ ਦੀ ਕਰੋ ਦੀ ਸ਼ੂਟਿੰਗ ਕਰ ਰਹੇ ਸਨ। ਪ੍ਰੋਪ ਬੰਦੂਕ ਤੋਂ ਹੋਈ ਫਾਇਰਿੰਗ ਉਹਨਾਂ ਉੱਪਰ ਕੀਤੀ ਗਈ। ਇਸ ਵਿੱਚ ਨਕਲੀ ਗੋਲੀਆਂ ਸਨ ਜਿਨ੍ਹਾਂ ਵਿੱਚ ਕੋਈ ਵਿਸਫੋਟਕ ਨਹੀਂ ਸੀ। ਜਦੋਂ ਬਲੈਂਕ ਲੋਡ ਕੀਤੇ ਗਏ ਤਾਂ ਇਹਨਾਂ ਦਾ ਇੱਕ ਹਿੱਸਾ ਬੰਦੂਕ ਵਿੱਚ ਰਹਿ ਗਿਆ। ਜਦੋਂ ਇਸ ਦ੍ਰਿਸ਼ ਵਿੱਚ ਲੀ ਨੂੰ ਗੋਲੀ ਮਾਰਨ ਦਾ ਫਿਲਮਾਂਕਣ ਕੀਤਾ ਗਿਆ ਤਾਂ ਕੈਮਰਾ ਚੱਲਦੇ ਰਹੇ, ਸ਼ੂਟਿੰਗ ਜਾਰੀ ਰਹੀ, ਪਰ ਜਦੋਂ ਇਸ ਦ੍ਰਿਸ਼ ਦੇ ਫਿਲਮਾਂਕਣ ਤੋਂ ਬਾਅਦ ਵੀ ਲੀ ਨਹੀਂ ਉੱਠੇ ਤਾਂ ਸੈੱਟ 'ਤੇ ਸਭ ਨੂੰ ਲੱਗਿਆ ਕਿ ਕੁਝ ਗਲਤ ਹੈ। ਅਜਿਹੀ ਹੀ ਇੱਕ ਹੋਰ ਘਟਨਾ 1984 ਵਿੱਚ ਹੋਈ ਜਦੋਂ ਅਮਰੀਕੀ ਕਲਾਕਾਰ ਜੌਨ ਹੈਰਿਕ ਹੈਗਜ਼ਮ ਨੇ ਮਜ਼ਾਕ ਵਿੱਚ ਬਲੈਂਕ ਰਿਵਾਲਵਰ ਨੂੰ ਆਪਣੇ ਸਿਰ 'ਤੇ ਲਗਾਇਆ ਅਤੇ ਫਾਇਰ ਕਰ ਦਿੱਤਾ। ਜਿੱਥੇ ਲੀ ਦੀ ਮੌਤ ਪ੍ਰੋਜੈਕਟਾਈਲ ਕਾਰਨ ਹੋਈ ਸੀ, ਉੱਥੇ ਹੀ ਜੌਨ ਦੇ ਮਾਮਲੇ ਵਿੱਚ ਉਹਨਾਂ ਦੀ ਮੌਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹੋਈ ਸੀ। ਮੌਤ ਤੋਂ ਪਹਿਲਾਂ ਜੌਨ ਐਰਿਕ ਕਈ ਦਿਨ ਹਸਪਤਾਲ ਵਿੱਚ ਦਾਖਲ ਰਹੇ। ਪ੍ਰੋਪ ਬੰਦੂਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ? ਹੈਗਜ਼ਮ ਦੀ ਮੌਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਲੈਂਕ ਬਿਨਾਂ ਪ੍ਰੋਜੈਕਟਾਈਲ ਦੇ ਵੀ ਕਾਫ਼ੀ ਖਤਰਨਾਕ ਹੋ ਸਕਦੇ ਨੇ। ਕੁਝ ਫਿਲਮਾਂ ਦੀ ਸ਼ੂਟਿੰਗ ਦੌਰਾਨ ਇਹਨਾਂ ਵਿੱਚ ਜ਼ਿਆਦਾ ਵਿਸਫੋਟਕ ਪਾਇਆ ਜਾਂਦਾ ਹੈ ਤਾਂ ਜੋ ਦ੍ਰਿਸ਼ ਅਸਲੀ ਲੱਗੇ। ਫਿਲਮਾਂ ਦੇ ਦ੍ਰਿਸ਼ ਫਿਲਮਾਉਣ ਲਈ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਉਹਨਾਂ ਬਾਰੇ ਕਾਫ਼ੀ ਸਖ਼ਤ ਨਿਯਮ ਨੇ। ਹਥਿਆਰਾਂ ਦੇ ਮਾਹਿਰ ਇਹਨਾਂ ਦੀ ਵਰਤੋਂ ਬਾਰੇ ਸਲਾਹ ਦਿੰਦੇ ਨੇ ਅਤੇ ਉਹੀ ਇਹਨਾਂ ਨੂੰ ਮੁਹੱਈਆ ਕਰਵਾਉਂਦੇ ਨੇ। ਐਲਿਕ ਬੈਲਡਵਿਨ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਥਿਆਰਾਂ ਦੇ ਮਾਹਿਰ ਮਾਈਕ ਕ੍ਰਿਸਟੀਆਨੋ ਆਖਦੇ ਨੇ, ਹਰ ਸੈੱਟ ਉੱਤੇ ਸੁਰੱਖਿਆ ਲਈ ਕੁਝ ਨਿਯਮ ਹੁੰਦੇ ਨੇ। ਤੁਸੀਂ ਕਦੇ ਕਿਸੇ ਉੱਪਰ ਬੰਦੂਕ ਨਹੀਂ ਲਗਾਉਂਦੇ, ਚਾਹੇ ਉਸ ਨਾਲ ਫਾਇਰਿੰਗ ਹੁੰਦੀ ਹੋਵੇ ਜਾਂ ਨਾ। ਇਸ ਹਾਦਸੇ ਨਾਲ ਹੋਏ ਨੁਕਸਾਨ ਨਾਲ ਸਵਾਲ ਸਾਹਮਣੇ ਆਉਂਦਾ ਹੈ ਕਿ ਅਜਿਹਾ ਕਿਵੇਂ ਹੋਇਆ? ਫਿਲਮਾਂ ਵਿੱਚ ਹਥਿਆਰਾਂ ਵਾਲੇ ਦ੍ਰਿਸ਼ ਸੁਰੱਖਿਆ ਨਿਯਮਾਂ ਤਹਿਤ ਹੀ ਫਿਲਮਾਏ ਜਾਂਦੇ ਨੇ। ਮਾਈਕ ਕ੍ਰਿਸਟੀਆਨੋ ਅੱਗੇ ਕਹਿੰਦੇ ਨੇ, ਜੇਕਰ ਅਜਿਹੇ ਦ੍ਰਿਸ਼ ਦੇ ਫਿਲਮਾਂਕਣ ਦੌਰਾਨ ਤੁਸੀਂ ਉਸਦੇ ਨੇੜੇ ਹੋ ਤਾਂ ਤੁਹਾਨੂੰ ਮਾਸਕ, ਐਨਕਾਂ ਆਦਿ ਲਗਾਉਣੀਆਂ ਪੈਂਦੀਆਂ ਨੇ। ਅਜਿਹੇ ਦ੍ਰਿਸ਼ ਦੌਰਾਨ ਘੱਟ ਤੋਂ ਘੱਟ ਲੋਕ ਹੀ ਕੈਮਰੇ ਦੇ ਕੋਲ ਹੁੰਦੇ ਨੇ ਅਤੇ ਜ਼ਿਆਦਾਤਰ ਲੋਕਾਂ ਨੂੰ ਸਕਰੀਨ ਦੇ ਪਿੱਛੇ ਭੇਜ ਦਿੱਤਾ ਜਾਂਦਾ ਹੈ। ਇਸ ਹਾਦਸੇ ਦੌਰਾਨ ਇੱਕ ਮੌਤ
ਅਤੇ ਦੋ ਲੋਕਾਂ ਦਾ ਜ਼ਖਮੀ ਹੋਣਾ ਮੇਰੀ ਸਮਝ ਤੋਂ ਪਰੇ ਹੈ।